ਸਾਰਿਆਂ ਨੂੰ ਜੀ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਖੁਸ਼ਖਬਰੀ ਆ ਜੀ ਆਸਟ੍ਰੇਲੀਆ ਵਾਲੇ ਸਟੂਡੈਂਟਸ ਵਾਸਤੇ ਜਿਨ੍ਹਾਂ ਨੇ ਸਟੂਡੈਂਟਸ ਨੇ ਅੱਗੇ ਜਾਣਾ ਵਾ। ਪਹਿਲਾਂ ਸਟੂਡੈਂਟਸ ਨੂੰ ਉੱਥੇ 7 ਦਿਨਾਂ ਦੇ ਵਿੱਚ 20 ਘੰਟੇ ਉਹ ਕੰਮ ਕਰ ਸਕਦੇ ਸੀਗੇ, 14 ਦਿਨਾਂ ਦੇ ਵਿੱਚ 40 ਘੰਟੇ। ਸੋ ਕੋਵਿਡ ਕਰਕੇ ਜਿਵੇਂ ਹੁਣ ਲੇਬਰ ਦੀ ਸ਼ਾਰਟੇਜ ਆ, ਕੰਮ ਕਰਨ ਵਾਲੇ ਲੋਕ ਘੱਟ ਨੇ ਕਿਸੇ ਵੀ ਖੇਤਰ ਦੇ ਵਿੱਚ, ਇਸ ਕਰਕੇ ਉਹਨਾਂ ਨੇ ਸਟੂਡੈਂਟਸ ਨੂੰ ਅਲਾਓ ਕਰ ਦਿੱਤਾ ਵਾ 14 ਦਿਨਾਂ ਦੇ ਵਿੱਚ ਤੁਸੀਂ ਹੁਣ 80 ਘੰਟੇ ਕੰਮ ਕਰ ਸਕਦੇ ਜਿੱਥੇ ਪਹਿਲਾਂ 40 ਘੰਟੇ ਕੰਮ ਕਰ ਸਕਦੇ ਸੀਗੇ। ਸੋ 7 ਦਿਨਾਂ ਦੇ ਵਿੱਚ ਬੇਸਿਕਲੀ ਤੁਸੀਂ ਜਿਵੇਂ ਕੈਨੇਡਾ ਦੇ ਵਿੱਚ ਵੀ 20 ਆਵਰਸ ਅਲਾਓ ਨੇ, ਪਰ ਹੁਣ ਆਸਟ੍ਰੇਲੀਆ ਦੇ ਵਿੱਚ ਉਹਨਾਂ ਨੇ 40 ਘੰਟੇ ਅਲਾਓ ਕਰਤੇ। ਸੋ ਵਧੀਆ ਚੀਜ਼ ਆ, ਪਰ ਕਿਤੇ ਨਾ ਕਿਤੇ ਉਹ ਖਤਰਾ ਵੀ ਵੱਧ ਜਾਂਦਾ ਕੋਵਿਡ ਹੋਣ ਦਾ। ਹਾਂਜੀ, ਆਹ ਦੇਖੋ ਅੰਗਦ ਦੇ ਸ਼ਰਨ ਨੇ ਕਾਲਾ ਟਿੱਕਾ ਲਾਇਆ ਅੱਜ। ਉਂਝ ਤਾਂ ਆਪਾਂ ਨੂੰ ਪਤਾ ਹੀ ਆ ਸਾਰਿਆਂ ਨੂੰ ਵੀ ਊਂ ਵੀ ਇਹ ਰੂਲ ਤੋਂ ਪਹਿਲਾਂ ਵੀ ਕੁਛ ਲੋਕ ਹਨਾ ਆਪਣਾ ਵਧੀਆ ਫੁੱਲ ਟਾਈਮ ਵਰਕ ਕਰ ਹੀ ਲੈਂਦੇ ਆ ਕਿਵੇਂ ਨਾ ਕਿਵੇਂ, ਪਰ ਇਹੀ ਰੂਲ ਜਿਵੇਂ ਹੁਣ ਰੂਲ ਨਿਕਲ ਗਿਆ ਤਾਂ ਸਾਰੇ ਕੰਮ ਸੌਖਾ ਹੋ ਗਿਆ। ਇਹੀ ਰੂਲ ਇੱਕ ਦਿਨ ਮੇਰੇ ਹਿਸਾਬ ਨਾਲ ਕੈਨੇਡਾ ਦੇ ਵਿੱਚ ਵੀ ਲਾਗੂ ਹੋਊਗਾ ਹੀ ਹੋਊਗਾ ਵੀ ਤੁਸੀਂ ਫੁੱਲ ਟਾਈਮ ਵਰਕ ਕਰ ਸਕਦੇ ਹੋ ਪੜ੍ਹਾਈ ਦੇ ਨਾਲ, ਕਿਉਂਕਿ ਪੜ੍ਹਾਈ ਤਾਂ ਉਰੇ ਕਈ ਕਾਲਜਾਂ ਦੇ ਵਿੱਚ ਸਿਰਫ 2 ਦਿਨ ਹੁੰਦੀ ਆ ਅਤੇ ਪੜ੍ਹਾਈ ਹੁੰਦੀ ਆ ਸੌਖੀ। ਅਤੇ ਤੁਹਾਨੂੰ ਇੱਧਰ ਦਿਖਾਉਣਾ, ਆਹ ਸਾਡੇ ਵਿਆਹ ਵਾਲੀਆਂ ਕੁਛ ਫੋਟੋਆਂ ਸੀਗੀਆਂ, ਮੈਂ ਭੁੱਲ ਹੀ ਗਿਆ ਸੀਗਾ ਵੀ ਮੇਰੇ ਕੋਲ ਹੀ ਪਈਆਂ ਨੇ, ਉਹ ਤਾਂ ਹੋਰ ਵੀ ਸੀਗੀਆਂ, ਐਕਸਟਰਾ ਪ੍ਰਿੰਟ ਆਊਟ ਹੀ ਕਰਵਾਏ ਸੀਗੇ। ਸੋ ਅੱਜ ਮੈਨੂੰ ਲੱਭਿਆ, ਅੱਜ ਮੈਨੂੰ ਕੋਈ ਡਾਕੂਮੈਂਟ ਜਿਹਾ ਚਾਹੀਦਾ ਸੀਗਾ, ਸੋ ਇਸ ਕਰਕੇ ਆਹ ਸ਼ਰਨ ਨੇ ਦੇਖੋ ਹੁਣ ਇਹਨਾਂ ਵਿੱਚ ਫਿੱਟ ਕਰ ਰਹੀ ਹੈ, ਕਾਲਾ ਫਰੇਮ ਹੈ ਵੀ ਫਿੱਟ ਕਰ ਦੇਣਾ, ਘਰੇ ਖਾਲੀ ਪਏ ਸੀਗੇ ਪਰ ਹੁਣ ਗੱਲਬਾਤ ਬਣ ਜਾਣੀ ਹੈ। ਅਤੇ ਉੱਧਰ ਸ਼ਰਨ ਮੇਰੇ ਵਾਸਤੇ ਬਣਾ ਰਹੀ ਆ ਪ੍ਰੋਟੀਨ ਸ਼ੇਕ। ਮੈਂ ਕਿਹਾ ਬਹੁਤ ਦਿਨ ਹੋ ਗਏ ਪ੍ਰੋਟੀਨ ਨਹੀਂ ਪੀਤਾ ਹੈਗਾ, ਅੱਜ ਬ੍ਰੇਕਫਾਸਟ ਵੀ ਅਸੀਂ ਸਿਰਫ ਚਾਹ ਨਾਲ ਬੇਗਲੀ ਖਾਧੀ ਸੀ, ਮੈਂ ਕਿਹਾ ਚਲੋ ਹੁਣ ਪ੍ਰੋਟੀਨ ਸ਼ੇਕ ਬਣਾ ਕੇ ਪੀਏ। ਹਜੇ ਤੱਕ ਭੁੱਖ ਜੀ ਨਹੀਂ ਨਾ ਲੱਗੀ ਹੈਗੀ ਨਾ। ਹਾਂ ਇਹ ਆਵਾਜ਼ ਕਰਕੇ ਆ ਗਿਆ ਵੀ ਇੱਧਰ ਕੀ ਹੋ ਰਿਹਾ। ਜਿੰਨੇ ਕੁ ਟਾਈਮ ਮੈਂ ਤੁਹਾਡੇ ਨਾਲ ਗੱਲਾਂ ਕਰ ਰਿਹਾ ਸੀ, ਅੰਗਦ ਨੇ ਬੈਗ ਦੀ ਜੇਬ 'ਚੋਂ ਆਹ ਸਮਾਨ ਕੱਢ ਕੇ ਖੰਡਾਓ ਵੀ ਦਿੱਤਾ ਅੰਗਦ ਦਾ ਜੀ। ਆਹ ਨਵਾਂ ਫਲੇਵਰ ਆਈ ਅੱਜ ਪ੍ਰੋਟੀਨ ਵਾਲਾ, ਅਤੇ ਮੈਂ ਕਿਹਾ ਚਲੋ ਟਰਾਈ ਕਰਦੇ ਹਾਂ, ਮੈਨੂੰ ਸਵਾਦ ਲੱਗ ਰਿਹਾ ਵਾ। ਅਤੇ ਕੋਈ ਵੀ ਵਲੌਗ ਹੋਵੇ, ਚਾਹੇ ਤੁਸੀਂ ਪਿਛਲਾ ਵਲੌਗ ਦੇਖ ਲਓ, ਪਿਛਲੇ ਚਾਹੇ 10 ਵਲੌਗ ਦੇਖ ਲਓ, ਤੁਸੀਂ 10 ਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਇਨਫੋਰਮੇਸ਼ਨ ਹਮੇਸ਼ਾ ਜ਼ਰੂਰ ਮਿਲੂਗੀ, ਕਿਉਂਕਿ ਪਹਿਲਾਂ ਮੈਂ ਮੋਸਟਲੀ ਇਨਫੋਰਮੇਸ਼ਨ ਵਲੌਗ ਬਣਾਉਂਦਾ ਹੁੰਦਾ ਸੀਗਾ, ਹੁਣ ਮੈਂ ਆਪਣੀ ਜਿਹੜੀ ਰੈਗੂਲਰ ਲਾਈਫ ਆ ਉਹਦੇ ਵਿੱਚ ਕੀ ਹਿਸਾਬ ਕਿਤਾਬ ਆ ਉਹਦੇ ਰਿਲੇਟਡ ਵਲੌਗ ਬਣਾਉਣਾ, ਪਰ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਆ ਵੀ ਮੈਂ ਆਪਣੇ ਵਲੌਗ ਦੇ ਵਿੱਚ ਜਿਹੜਾ ਕੁਛ ਆਸੇ ਪਾਸੇ ਹੋ ਰਿਹਾ, ਚਾਹੇ ਉਹ ਰੀਅਲ ਸਟੇਟ ਦੀ ਗੱਲ ਹੋਵੇ, ਚਾਹੇ ਇਮੀਗ੍ਰੇਸ਼ਨ ਦੀ ਗੱਲ ਹੋਵੇ, ਚਾਹੇ ਸਟੂਡੈਂਟਸ ਦੀ ਗੱਲ ਹੋਵੇ, ਉਹ ਮੈਂ ਹਮੇਸ਼ਾ ਤੁਹਾਨੂੰ ਇਨਫੋਰਮੇਸ਼ਨ ਦਿੰਦਾ ਹੀ ਰਹਿਣਾ ਵਾ। ਅਤੇ ਤੂੰ ਕੀ ਕਹਿੰਦੀ ਸੀ ਸ਼ਰਨ? ਚੁੰਡੀਆਂ ਕਿੰਨੀਆਂ ਕੀਤੀਆਂ ਨੇ ਅੱਜ, ਕਾਲਾ ਟਿੱਕਾ ਲਾ ਲਾ ਸੋਹਣੀਏ ਨੀ ਤੈਨੂੰ ਘੁੱਗੀ, ਉਹ ਡੈਡਾ ਜੀ ਘੁੱਗੀ ਅਸੀਂ ਗੈਂਗ ਨੀ ਬਣਾਉਂਦੇ, ਗੈਂਗ ਰਨ ਕਰਦੇ, ਵੈਪਨ ਰੱਖੇ ਆ ਚੜਦੇ ਤੇ ਚੜਦੇ ਜੀ, ਸਾਡੇ ਇੱਕ ਇਲੈਕਟ੍ਰੋਨਿਕਸ ਉਪਕਰਨ ਮੇਂ ਕੁਛ ਪ੍ਰੋਬਲਮ ਚੱਲ ਰਹੀ ਹੈ ਤਾਂ ਅਸੀਂ ਉਹ ਦਿਖਾਉਣਾ ਆ ਉਰੇ। ਵੈਸੇ ਤਾਂ ਉਰੇ ਰਿਪੇਅਰ ਕੋਸਟ ਬਹੁਤ ਹਾਈ ਹੁੰਦੀ ਹੈ, ਪਰ ਮੈਂ ਕਿਹਾ ਚਲੋ ਫਿਰ ਵੀ ਪੁੱਛ ਕੇ ਦੇਖ ਲਈਏ, ਨਹੀਂ ਤਾਂ ਬੰਦਾ ਨਵਾਂ ਹੀ ਲੈ ਲਵੇ ਸਾਰਾ ਕੁਛ ਉਹੀ ਦੁਬਾਰਾ ਹੀ, ਜੇ ਥੋੜ੍ਹੀ ਜਿਹੀ ਸਾਰੀ ਐਂ ਕਹਿੰਦੇ ਸਾਰੀ ਰਿਪੇਅਰ ਕੋਸਟ ਬਹੁਤ ਜ਼ਿਆਦਾ ਆ, ਬੰਦਾ ਚੁੱਪ ਕਰਕੇ ਨਵੀਂ ਲੈ ਲੈਂਦਾ, ਹਰੇਕ ਚੀਜ਼ ਨਵੀਂ ਲੈ ਲੈਂਦਾ ਉਰੇ। ਇਹਦਾ ਹੱਥ ਕੱਢਿਓ ਜੀ ਇੱਧਰ। ਲੋ ਜੀ ਆਪਾਂ ਵਾਲਮਾਰਟ ਆ ਗਏ, ਰਿਪੇਅਰ ਵਾਲਾ ਤਾਂ ਉਹੀ ਗੱਲ ਹੋਈ, ਉਹ ਕਹਿੰਦਾ ਵੀ ਮੈਂ ਤੁਹਾਨੂੰ ਦੱਸੂੰਗਾ ਪੈਸੇ ਐਸਟੀਮੇਟ ਲਾ ਕੇ ਵੀ ਕੀ ਹਿਸਾਬ ਕਿਤਾਬ ਆ, ਅਤੇ ਜੈਸਾ ਉਹਨਾਂ ਨੂੰ ਦੱਸਦਾ ਸੀ ਮਹਿੰਗਾ ਹੀ ਹੋ ਜਾਣੀ ਆ ਰਿਪੇਅਰ, ਹੈ ਨਾ। ਉਹ ਵੀ ਕੀ ਕਰੇ, ਚੀਜ਼ਾਂ ਹੀ ਬਹੁਤ ਖਰਾਬ ਸੀਗੀਆਂ। ਦੇ ਹੁਣ ਅਸੀਂ ਵਾਲਮਾਰਟ ਚੱਲਦੇ ਹਾਂ, ਅੰਗਦ ਦੇ ਟੋਪੀ ਦਿੱਤੀ, ਬਾਲੀ ਨਿੱਗੀ ਜੈਕਟ ਹੈ, ਦੋ ਜੈਕਟਾਂ ਨੇ ਐਕਚੁਅਲ ਦੇ ਵਿੱਚ, ਇਹਦੇ ਨੀਚੇ ਔਰੇਂਜ ਆ, ਬਹੁਤ ਸੌਫਟ ਸੌਫਟ। ਅੰਗਦ ਓਏ ਅੰਗਦ, ਅੰਗਦ ਨੂੰ ਸਾਰੇ ਬੁਲਾਈ ਜਾਂਦੇ ਆ ਸ਼ਾਪਿੰਗ ਕਰਦੇ ਹੋਏ, ਸਾਨੂੰ ਕੋਈ ਨਹੀਂ ਬੁਲਾਉਂਦਾ, ਗੋਰੇ ਗੋਰੇ ਸਾਰੇ ਬੁਲਾ ਕੇ ਜਾਂਦੇ ਆ ਅੰਗਦ ਨੂੰ। ਗੋਰੀ ਬੇਬੇ ਕਹਿੰਦੀ ਇਹਦੀ ਜੁੰਡੀਆਂ ਬਾਰੇ, ਇੰਗਲਿਸ਼ 'ਚ ਕੀ ਕਹਿੰਦੀ ਸੀਗੀ ਉਹ ਦੱਸ, ਕਹਿੰਦੀ ਹੀ ਲੁੱਕ ਸੋ ਕਿਊਟ। ਨਹੀਂ ਫਿਰ ਜੁੰਡੀਆਂ ਬਾਰੇ ਤੇ ਤਾਂ ਕਹਿੰਦੀ ਪੋਨੀ, ਇਹ ਕਹਿੰਦੀ ਆਈ ਲਾਈਕ ਹਿਸ ਪੋਨੀ, ਪੋਨੀ ਤਾਂ ਨਹੀਂ ਕਹਿੰਦੀ ਹੋਣੀ ਯਾਰ। ਹਾਂ ਪੋਨੀਸ ਕਿਹਾ ਸੀ ਉਹਨੇ। ਹਾਂਜੀ ਹੋਰ ਜੁੰਡੀਆਂ ਨੂੰ ਕੀ ਕਹੋ, ਮੈਂ ਤਾਂ ਆਪ ਨਹੀਂ ਪਤਾ, ਜੁੰਡੇ ਪੋਨੀ ਸੁਣਿਆ ਇੰਨੀ, ਇਹਨਾਂ ਨੂੰ ਵੀ ਦੇਖ ਲੈ ਇੰਗਲਿਸ਼ ਨਹੀਂ ਆਉਂਦੀ ਵੀ ਜੁੰਡਿਆਂ ਨੂੰ ਕੀ ਕਹਿੰਦੇ ਹਨ, ਪੋਨੀ ਟੇਲ ਬੰਨ ਬੁੰਨ ਕੁਝ ਕਹਿ ਦਿੰਦੇ ਹੋਣੇ ਛੋਟੇ ਜੇ, ਬਾਕੀ ਕਮੈਂਟਾਂ 'ਚ ਦੱਸ ਹੀ ਦੇਣਾ ਆਪਾਂ ਨੂੰ ਵੀ ਕੀ ਕਹਿੰਦੇ ਆ ਜੁੰਡੀਆਂ ਨੂੰ, ਦੱਸ ਦਿਓ ਬਾਈ। ਹਾਂ ਵੀ ਅੰਗਦ ਕੀ ਲੈਣਾ ਆ ਆਪਾਂ, ਆ ਤੇਰਾ ਆਈ ਲਾ ਸੈਕਸ਼ਨ ਦੇਖ ਲਾ ਆਪਾਂ, ਤੁਰੀ ਖਿਡਾਉਣੇ ਉਰੀ ਖੇਡ ਲਾ ਜਿਹਦੇ ਨਾਲ ਖੇਡਣਾ, ਜਿਵੇਂ ਕਈ ਮੈਂ ਵੀਡੀਓ ਦੇਖੀ ਉਹਦੇ ਵਿੱਚ ਨਾ ਲੋਕ ਉਰੀ ਆ ਕੇ ਜਿੰਮ ਲਾ ਜਾਂਦੇ ਆ, ਕਿਉਂਕਿ ਜਿੰਮ ਬੰਦ ਨੇ, ਇਹਨਾਂ ਦੇ ਡੰਬਲ ਇਕਵਿਪਮੈਂਟ ਯੂਜ਼ ਕਰਕੇ ਉਰੀ ਜਿੰਮ ਲਾ ਜਾਂਦੇ ਆ।
ਮਨਿੰਦਰ ਆ ਸਕਦਾ ਨੈਬ ਨੂੰ ਬੁਲਾਉਂਦੀ ਟ੍ਰਾਲਰ ਤੇ ਚੜਿਆ ਨੀ ਹੈਗਾ ਐਵੇਂ ਫਿਰਦਾ ਗੁਰਦੁਆਰਾ ਸਾਹਿਬ ਆਏ ਸੀਗੇ ਜੀ ਮੈਂ ਕਿਹਾ ਮੱਥਾ ਟੇਕ ਲਈਏ ਦੇਖੋ ਤੁਸੀਂ ਸਨੋਹ ਚਾਰੇ ਪਾਸੇ ਸਨੋਹ ਪਈ ਪਈ ਆ ਹੁਣੇ ਸਾਡੇ ਮੂਹਰੇ ਗੋਰਿਆਂ ਦੀ ਫੈਮਿਲੀ ਉਤਰੀ ਆ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਮੱਥਾ ਟੇਕ ਲਿਆ ਜੀ ਅੰਗਤ ਤਾਂ ਸਾਰਾ ਟਾਈਮ ਗੁਰਦੁਆਰਾ ਸਾਹਿਬ ਸੁੱਤਾ ਹੀ ਰਿਹਾ ਇਸ ਕਰਕੇ ਇਹਦੇ ਰਸਗੁੱਲੇ ਗੁਲਾਬ ਜਾਮਣਾ ਵੀ ਰਹਿ ਗਏ ਅਤੇ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਮੋਨ ਵਾਲਾ ਗੁਰਦੁਆਰਾ ਸਾਹਿਬ ਆ ਉਰੇ ਗੋਰਿਆਂ ਦੇ ਜਵਾਕ ਵੀ ਆਏ ਹੋਏ ਨੇ ਹੁਣ ਪਹਿਲਾਂ ਵੀ ਆਉਂਦੇ ਨੇ ਉਹ ਪਹਿਲਾਂ ਵੀ ਆਪਣੇ ਲੋਕ ਵਾਲੇ ਘੱਟ ਕਹਿੰਦੇ ਗੋਰਿਆਂ ਜਵਾਕ ਮੈਨੂੰ ਕਹਿੰਦੇ ਡੂ ਯੂ ਡਰਾਈਵ ਮਸਟੈਂਗ ਡੂ ਯੂ ਮੈਂ ਕਿਹਾ ਯਾਰ ਵਾਲੇ ਆਪਾਂ ਨਾ ਕਿ ਘੈਂਟ ਲੱਗਿਆ ਮੈਨੂੰ ਛੋਟੇ ਛੋਟੇ ਬੱਚੇ ਸੀ ਅਤੇ ਅੱਜ ਇੱਕ ਹੋਰ ਵਧੀਆ ਗੱਲ ਹੋਈ ਬਾਬਾ ਜੀ ਜਿਹੜੇ ਉਰੇ ਹੁੰਦੇ ਆ ਹਮੇਸ਼ਾ ਹੈ ਨਾ ਉਹਨਾਂ ਨੇ ਕਿਹਾ ਕਹਿੰਦੇ ਤੇਰੀ ਵੀਡੀਓ ਨੇ ਬੜਾ ਕਮਾਲ ਕੀਤਾ ਕਹਿੰਦਾ ਸੰਗਤ ਵੀਡੀਓ ਦੇਖ ਕੇ ਹੋਰ ਵੀ ਆਉਣ ਲੱਗ ਗਈ ਸੋ ਮੈਨੂੰ ਵਧੀਆ ਲੱਗਿਆ ਹੈ ਨਾ ਮੈਨੂੰ ਵੀ ਬਹੁਤ ਵਧੀਆ ਲੱਗਿਆ ਅਤੇ ਗੁਰਦੁਆਰਾ ਸਾਹਿਬ ਬਹੁਤ ਵਧੀਆ ਜੀ ਸਾਡੇ ਨੇੜੇ ਆ ਸਾਨੂੰ ਬੜੀ ਖੁਸ਼ੀ ਆ ਵੀ ਸਾਡੇ ਨੇੜੇ ਗੁਰਦੁਆਰਾ ਸਾਹਿਬ ਅਸੀਂ ਕਦੇ ਵੀ ਲੰਘਦੇ ਵੜਦੇ ਔਰੇਂਜ ਵਿਲ ਤੋਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਆ ਜਾਂਦੇ ਹੋ ਜੇ ਤੁਸੀਂ ਵੀ ਨਹੀਂ ਆਏ ਹੈਗੇ ਹਾਲੇ ਤੱਕ ਮੋਨੋ ਗੁਰਦੁਆਰਾ ਸਾਹਿਬ ਮੱਥਾ ਜ਼ਰੂਰ ਟੇਕ ਕੇ ਜਾਇਓ ਹੈਲੋ ਅੰਗਾ ਹਾਂਜੀ ਪਹੁੰਚ ਗਏ ਆਪਾਂ ਘਰੇ ਜੀ ਬਹੁਤ ਜ਼ਿਆਦਾ ਠੰਡ ਸੀ ਬਾਹਰ ਮੈਂ ਤਾਂ ਵੈਸੇ ਜੈਕਟ ਨਾਲ ਲੈ ਕੇ ਗਿਆ ਸੀ ਸ਼ਰਟ 'ਚ ਘੁੰਮ ਗਿਆ ਪਰ ਲਾ ਲਓ ਵੀ -17 ਟੈਂਪਰੇਚਰ ਸੀਗਾ ਫੀਲ ਲਾਈਕ ਪਤਾ ਨਹੀਂ ਵੱਧ ਹੀ ਹੁਣ ਅਤੇ ਆਪਾਂ ਰਾਹ 'ਚੋਂ ਟੈਂਬੀ ਵਿਛੋੜੇ ਨੇ ਗੁਆਂਢੀਆਂ ਵਾਸਤੇ ਇੱਕ ਦਿਨ ਇਹਨੇ ਆਪਣੇ ਆਪ ਹੀ ਸਨੋਹ ਹਟਾਤੀ ਸੀਗੀ ਮੈਂ ਕਿਹਾ ਚਲੋ ਥੈਂਕ ਯੂ ਕਰੇ ਆਵਾਂਗੇ ਉਹਨਾਂ ਦਾ ਵੀ ਕਰੀ ਅੱਗੇ ਸਲਾਈਡ ਅੱਗੇ ਉਹਨੂੰ ਬਾਹਲਾ ਵਧੀਆ ਲੱਗਦਾ ਜਦੋਂ ਮੈਂ ਇੱਦਾਂ ਸਲਾਈਡ ਕਰਕੇ ਜਾਂਦਾ ਨਹੀਂ ਔਰੇਂਜ ਔਰੇਂਜ ਬਣਿਆ ਹੱਸਦਾ ਮੁੰਡਾ ਸ਼ਾਨ ਸਮਾਨ ਕੱਢ ਰਿਹਾ ਕਿਉਂਕਿ ਮੈਂ ਅੰਗਦ ਗੋਦੀ ਚੱਕ ਇੱਧਰ ਲਿਆ ਸੀਗਾ ਗੁਆਂਢੀਆਂ ਨੇ ਕੁਛ ਕਿਹਾ ਨੀ ਗੋਰੀ ਸੀ ਕਿ ਗੋਰਾ ਆਪਣੇ ਕੋਲੇ ਪਰ ਫਿਰ ਵੀ ਪਲਮ ਮੁੱਕੇ ਪਏ ਸੀ ਪਲਮ ਲਿਆਂਦੇ ਬਨਾਨਾਸ ਤੇ ਆਹ ਪ੍ਰਿੰਟਰ ਲਿਆਂਦਾ ਆਪਣੇ ਵਾਲਾ ਪ੍ਰਿੰਟਰ ਪਤਾ ਨੀ ਕਿਉਂ ਉਹ ਸਿਆਹੀ ਜਿਹੜੀ ਨਵੀਂ ਇੰਕ ਸੀ ਉਹ ਚੱਕ ਨੀ ਰਿਹਾ ਸੀਗਾ ਇਸ ਕਰਕੇ ਆਹ ਪ੍ਰਿੰਟਰ ਲਿਆਂਦਾ ਆਪਾਂ ਪਹਿਲਾਂ ਵਾਲਾ ਜਿਹੜਾ ਉੱਪਰਲਾ ਪ੍ਰਿੰਟਰ ਆ ਉਹ $50 ਦਾ ਹੀ ਆਇਆ ਸੀ ਮੈਨੂੰ ਲੱਗਦਾ $50-40 ਦਾ ਇਹ ਵੀ $40 ਦਾ ਸਭ ਤੋਂ ਸਸਤਾ ਲਿਆਉਣਾ ਮੈਂ ਇੰਨੇ ਕਿਤੇ ਕਾਰਟੇਜ ਹੀ ਆਉਂਦੇ ਆ ਲਾ ਲਈ ਹੀਟ ਲਾ ਲਈ ਠੰਡ ਬਹੁਤ ਜ਼ਿਆਦਾ ਸੀ ਨਾ ਸ਼ਾਨ ਔਰੇਂਜ ਵਾਲੀ ਨਿਕਲੀ ਆ ਮੈਨੂੰ ਇੰਨਾ ਜ਼ਿਆਦਾ ਪਿਆਰਾ ਲੱਗ ਰਿਹਾ ਅੰਗਾ ਤੂੰ ਔਰੇਂਜ ਚ ਉਹ ਦੇਖੀ ਵੱਜ ਲਿਆ ਡੈਡੀ ਕੋਲੇ ਆਉਂਦਾ ਡੈਡੀ ਕੋਲੇ ਆ ਜਾ ਚੰਗਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਦੇਖੀ ਕ੍ਰੈਸ਼ ਹੋ ਗਿਆ ਸੀਗਾ ਥੈਂਕ ਯੂ ਸ਼ਨ ਕਹਿੰਦੀ ਆਹ ਡੈਕ ਲਾਤਾ ਤੁਸੀਂ ਡੈਕ ਸਟੀਰੀਓ ਲਾਤਾ ਕਹਿੰਦੀ ਇੰਨਾ ਸੋਹਣਾ ਮੈਂ ਨਹੀਂ ਇਹ ਤਾਂ ਮੈਂ ਹੀ ਗਾ ਰਿਹਾ ਹੈ ਨਾ ਅੰਕਿਤ ਤੂੰ ਵੀ ਗਾ ਰਹੇ ਨਾਰਾਇਣ ਉਹ ਦੱਸੀ ਕਿਵੇਂ ਉਹ ਦੱਸੇ ਕਿਵੇਂ ਅੰਗਰੇਜ਼ੀ ਦਾ ਅੰਗਰੇਜ਼ੀ ਮੁੱਕ ਗਈ ਸੀ ਉਹ ਤਾਂ ਵਿਚਾਰੀ ਗੂਗਲ ਕਹਿੰਦੇ ਓਕੇ ਗੂਗਲ ਤੁਹਾਨੂੰ ਜੀ ਇੱਕ ਗੱਲ ਸੁਣਾਉਣਾ ਸਰੀ ਦੀ ਜਿੱਥੇ ਬਹੁਤ ਸਾਰੇ ਪੰਜਾਬੀ ਰਹਿੰਦੇ ਆ ਤੁਹਾਨੂੰ ਉਰੇ ਦੇ ਹੈਲਥ ਕੇਅਰ ਸਿਸਟਮ ਬਾਰੇ ਤਾਂ ਪਤਾ ਕਾਫੀ ਲੋਕ ਕਹਿ ਦਿੰਦੇ ਆ ਵੀ ਫ੍ਰੀ ਆ ਬਹੁਤ ਵਧੀਆ ਵਾ
ਪਰ ਜਿਹੜਾ ਬੰਦਾ ਜੇ ਐਮਰਜੈਂਸੀ ਦੇ ਵਿੱਚ ਜਾਂਦਾ ਜਾਂ ਕਿਸੇ ਵੀ ਚੀਜ਼ਾਂ ਵਾਸਤੇ ਆਪਾਂ ਜੇ ਅੱਜ ਮੈਂ ਦਵਾਈ ਲੈਣੀ ਹੋਵੇ ਜਾਂ MRI ਸਕੈਨ ਕਰਾਉਣੀ ਹੋਵੇ 8-8 ਮਹੀਨਿਆਂ ਦੀ ਕਿ ਇੱਕ ਬੰਦੇ ਨੇ ਪੋਸਟ ਪਾਈ ਆ ਉਹਨੂੰ ਉਹ ਵੀ ਨਹੀਂ ਪੈ ਖਾਣੀ ਕਿੱਧਰ ਰਹਿੰਦਾ ਉਹਨੂੰ 26 ਮਹੀਨਿਆਂ ਦੀ ਵੇਟਿੰਗ ਦਿੱਤੀ ਆ ਵੀ 26 ਮਹੀਨਿਆਂ ਬਾਅਦ ਆਏਂਗੇ ਤੂੰ ਆਹ ਟੈਸਟ ਕਰਾਉਣੇ ਆ ਚਲੋ ਉਹ ਗੱਲ ਵੱਖਰੀ ਹੈ ਜਿਹੜਾ ਉਰੇ ਤੁਸੀਂ ਜੇ ਕਿਤੇ ਕੋਈ ਬੰਦਾ ਐਮਰਜੈਂਸੀ ਜਾਊਗਾ ਐਮਰਜੈਂਸੀ ਦੇ ਵਿੱਚ ਤੁਹਾਡੇ ਉਰੋਂ ਖੂਨ ਨਿਕਲ ਰਿਹਾ ਵਾ ਤੁਹਾਨੂੰ ਚੱਕਰ ਆ ਰਿਹਾ ਤੁਸੀਂ ਜਮੇ ਬੇਹੋਸ਼ ਹੋ ਗਏ ਕਿਸੇ ਦਾ ਅਪੈਂਡਿਕਸ ਫਟ ਗਿਆ ਐਮਰਜੈਂਸੀ ਦੇ ਵਿੱਚ ਵੇਟ ਕਰਦੇ ਇਹ ਉਰੇ ਆਮ ਹੀ ਗੱਲਾਂ ਨੇ ਕਿਉਂਕਿ ਉਹ ਕਹਿੰਦੇ ਵੀ ਵੇਟ ਕਰੋ ਕਈ ਵਾਰ 12-12 ਘੰਟੇ ਵੀ ਲੋਕਾਂ ਨੂੰ ਐਮਰਜੈਂਸੀ ਦੇ ਵਿੱਚ ਵੇਟ ਕਰਨਾ ਪੈ ਰਿਹਾ ਐਮਰਜੈਂਸੀ ਮਤਲਬ ਐਮਰਜੈਂਸੀ ਜਿੱਥੇ ਐਮਰਜੈਂਸੀ 'ਤੇ 911 ਉਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ ਉਹ ਪੇਸ਼ੈਂਟ ਨੂੰ ਲੈ ਕੇ ਜਾ ਰਿਹਾ ਉਹਨੂੰ ਵੀ ਕਈ ਵਾਰ ਵੇਟ ਕਰਨਾ ਪੈ ਜਾਂਦਾ ਵਾ ਸੋ ਮੈਂ ਤੁਹਾਨੂੰ ਗੱਲ ਸੁਣਾਉਣਾ ਜੀ ਸਰੀ ਦੀ ਅਤੇ ਆ ਮੈਂ ਨਿਊਜ਼ ਪੜ੍ਹ ਰਿਹਾ ਸੀਗਾ ਉਹਦੇ ਵਿੱਚ ਲਿਖਿਆ ਹੋਇਆ ਵਾ ਆ ਵੂਮੈਨ ਇਨ ਸਰੀ ਸੇਜ਼ ਸ਼ੀ ਵਾਜ਼ ਸੈਂਟ ਹੋਮ ਫਰੋਮ ਦਾ ਹੋਸਪਿਟਲ 3 ਟਾਈਮਸ ਇਨ ਅ ਡੇ ਸੋ ਇੱਕ ਲੇਡੀ ਦੇ ਬੇਬੀ ਹੋਣੇ ਵਾਲਾ ਸੀਗਾ ਅਤੇ ਉਹ ਹੋਸਪਿਟਲ ਗਈ ਕਿਉਂਕਿ ਉਹਦੇ ਲੇਬਰ ਪੇਨ ਜਾਂ ਕੁਛ ਵੀ ਉਹਦਾ ਸਾਰਾ ਕੁਛ ਦਰਦ ਹੋ ਰਿਹਾ ਸੀਗਾ ਨਾ ਉਹ ਪਹਿਲੀ ਵਾਰੀ ਗਈ ਉਹਨਾਂ ਨੇ ਮੋੜਤੀ ਕਹਿੰਦੇ ਹਲੇ ਟਾਈਮ ਨਹੀਂ ਹੈਗਾ 1 ਦਿਨ ਦੇ ਵਿੱਚ ਫਿਰ ਉਹ ਦੂਜੀ ਵਾਰੀ ਗਈ ਉਹਨਾਂ ਨੇ ਸ਼ਾਇਦ ਉਹਨੂੰ ਪੇਨ ਕਿਲਰਸ ਦੇ ਅਤੇ ਕੁਛ ਵੀ ਜਿਵੇਂ ਵੀ ਕੀਤਾ ਹੈ ਨਾ ਉਹਨਾਂ ਨੇ ਫਿਰ ਮੋੜਤੀ ਤੀਜੀ ਵਾਰੀ ਗਈ ਫਿਰ ਮੋੜਤੀ ਚੌਥੀ ਵਾਰੀ ਉਹ ਗਈ ਉਹਨਾਂ ਨੇ ਲਿਖਿਆ ਕਹਿੰਦੇ ਔਨ ਦਾ 4th ਵਿਜ਼ਿਟ ਜਦੋਂ ਚੌਥੀ ਵਾਰੀ ਗਈ ਸ਼ੀ ਐਂਡਡ ਅਪ ਹੈਵਿੰਗ ਹਰ ਬੇਬੀ ਔਨ ਦਾ ਫਲੋਰ ਆਫ ਦੀ ਲੋਬੀ ਆਫ ਸਰੀ ਮੈਮੋਰੀਅਲ ਹੋਸਪਿਟਲ ਉਹ ਕਹਿੰਦੇ ਵੀ ਜਦੋਂ ਚੌਥੀ ਵਾਰੀ ਗਈ ਜਦੋਂ ਹੋਸਪਿਟਲ 'ਚ ਪਹੁੰਚੀ ਐਂਟਰੈਂਸ 'ਤੇ ਲੋਬੀ ਦੇ ਵਿੱਚ ਫਲੋਰ ਦੇ ਉੱਤੇ ਹੀ ਉਹਨੇ ਬੱਚੇ ਨੂੰ ਜਨਮ ਦਿੱਤਾ ਇਹ ਕੈਨੇਡਾ ਦੀ 2022 ਕਹਿ ਲਓ ਵੀ ਅੱਜ ਆਹਲੇ ਟਾਈਮਾਂ ਦੀ ਇਹ ਗੱਲ ਆ ਅਤੇ ਇਹ ਵੀਡੀਓ ਵੀ ਆ ਲੇਡੀ ਦੀ ਪੰਜਾਬੀ ਲੱਗ ਰਹੇ ਨੇ ਦੇਖਣ ਨੂੰ ਬੇਬੀ ਦੀ ਫੋਟੋ ਪਾਈ ਆ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕਰੂੰਗਾ ਅਤੇ ਉਹਦੇ ਮਨ ਦੇ ਉੱਤੇ ਕੀ ਬੀਤਿਆ ਹੋਣਾ ਯਾਰ ਵੀ ਉਹਦਾ ਬੇਬੀ ਸੋਚ ਕੇ ਦੇਖੋ ਕਿੰਨੀ ਐਕਸਟਰਾ ਕੇਅਰ ਚਾਹੀਦੀ ਆ ਅਤੇ ਕਹਿੰਦੇ ਉਹਦਾ ਫਿਰ ਜਿਹੜਾ ਘਰ ਵਾਲਾ ਸੀ ਮੈਂ ਖਬਰ ਥੱਲੇ ਤੱਕ ਪੜ੍ਹੀ ਆ ਜਿਵੇਂ ਤੂੰ ਕੋਈ ਵੀ ਗਲਤੀ ਹੋਈ ਤਾਂ ਮੈਂ ਜਿੱਥੋਂ ਖਬਰ ਪੜ੍ਹੀ ਆ ਉਹ ਸੋਰਸ ਦਿਆਊਗਾ ਉਹ ਕਹਿੰਦੇ ਵੀ ਉਹਦੇ ਜਦੋਂ ਘਰ ਵਾਲਾ ਨੇ ਉਹਨੇ ਸਕਿਉਰਿਟੀ ਗਾਰਡ ਨੂੰ ਹਾਕ ਮਾਰੀ ਜਦੋਂ ਉਹਦੇ ਬੇਬੀ ਹੱਥਾਂ 'ਚ ਆ ਗਿਆ ਉਹ ਕਹਿੰਦਾ ਵੀ ਜਦੋਂ ਮੈਂ ਹਾਕ ਮਾਰੀ ਕਹਿੰਦੀ ਉਹ ਵੀਲਚੇਅਰ ਲੈ ਆਈ ਫਿਰ ਬਾਅਦ 'ਚ ਸਟ੍ਰੈਚਰ ਲੈ ਕੇ ਆਇਆ ਜਦੋਂ ਉਹਨਾਂ ਨੇ ਬੇਬੀ ਦੇਖਿਆ ਮੇਰੇ ਹੱਥ ਦੇ ਵਿੱਚ ਅਤੇ ਸਾਰੇ ਹੀ ਘਬਰਾ ਗਏ ਉੱਥੇ ਹੋਸਪਿਟਲ ਉਹ ਕਹਿੰਦਾ ਨਰਸਾਂ ਨੁਰਸਾਂ ਸੋ ਇਹ ਕਹਾਣੀ ਆ ਸੋ ਹੈਲਥ ਸਿਸਟਮ ਉਰੇ ਦਾ ਬਹੁਤ ਹੀ ਜ਼ਿਆਦਾ ਮਾੜਾ ਇੱਥੋਂ ਤੱਕ ਕਿ ਹੁਣ ਉਰੇ ਡੈਂਟਲ ਹੋਰ ਚੀਜ਼ਾਂ ਦੇ ਹਾਂ ਪੁੱਤ ਉਰੇ ਇੱਥੋਂ ਤੱਕ ਕਿ ਉਰੇ ਡੈਂਟਲ ਅਤੇ ਹੋਰ ਚੀਜ਼ਾਂ ਦਾ ਵੀ ਇੰਨਾ ਜ਼ਿਆਦਾ ਖਰਚਾ ਵਾ ਮੈਂ ਦੇਖਿਆ ਵਾ ਵੀ ਲੋਕ ਜੇ ਉਰੇ ਕਿਸੇ ਦੀ ਜਾੜਾਂ ਭਰਾਉਣੇ ਵਾਲੀਆਂ ਹੁਣ ਰੂਟ ਕਨਾਲ ਕਰਾਉਣਾ ਹੋਵੇ ਲੋਕ ਕੀ ਕਰਦੇ ਆ ਇੰਡੀਆ ਜਾ ਕੇ ਬਦਲਾਉਂਦੇ ਆ ਪਤਾ ਕਿਉਂ ਕਿਉਂਕਿ ਉਰੇ ਜਿੰਨੇ ਪੈਸੇ ਲੱਗਣੇ ਉਹਦੇ ਵਿੱਚ ਇੰਡੀਆ ਦੀ ਟਿਕਟ ਹੋ ਜਾਂਦੀ ਹੈ ਨਾਲ ਤਾਂ ਬੰਦਾ ਇੰਡੀਆ ਘੁੰਮਿਆ ਆਉਂਦਾ ਨਾਲੇ ਦੰਦ ਜਾੜਾਂ ਆਪਣੀਆਂ ਸਾਰਾ ਕੁਛ ਸਹੀ ਕਰਾ ਲੈਂਦਾ ਬਾਡੀ ਦੀ ਰਿਪੇਅਰ ਕਰਾ ਲੈਂਦੇ ਆ ਉਹ ਕਾਇਰੋਪ੍ਰੈਕਟਰ ਦੇ ਜਾਣਾ $130 $90 ਘੰਟੇ ਦੇ ਨੇ ਇੱਕ ਵਿਜ਼ਿਟ ਦੇ ਨੇ ਚਾਹੇ ਉਹ 30 ਮਿੰਟ ਕਰੇ ਚਾਹੇ ਘੰਟਾ ਲਵੇ ਹੈ ਨਾ ਸੋ ਇਹ ਚੀਜ਼ਾਂ ਨੇ ਜੀ ਇਹ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਵੀ ਅੱਜ ਦੇ ਸਮੇਂ ਦੇ ਵਿੱਚ ਵੀ ਕੈਨੇਡਾ ਦੇ ਵਿੱਚ ਦੇਖੋ ਉਹ ਲੇਡੀ ਨਾਲ ਇੱਦਾਂ ਹੋਇਆ ਤੁਸੀਂ ਸੋਚ ਕੇ ਦੇਖੋ ਜੇ ਆਪਣੇ ਨਾਲ ਹੋ ਜਾਵੇ ਪਰ ਅਸੀਂ ਵੀ ਆਪਾਂ ਵੀ ਹੁਣ ਬੱਚਾ ਹੋਇਆ ਵਾ ਕਿੰਨੀ ਟੈਨਸ਼ਨ ਰਹਿੰਦੀ ਸੀਗੀ ਉਹ ਟਾਈਮਾਂ ਦੇ ਵਿੱਚ ਕਿੰਨਾ ਔਖਾ ਸੀਗਾ ਪਰ ਕਿੰਨਾ ਉਹ ਲੇਡੀ ਗੋ ਥਰੂ ਹੋਈ ਆ ਨਾ ਪਰ ਚਲੋ ਰੱਬ ਨੇ ਰੱਬ ਦੀ ਜਿਹਦੇ ਉੱਤੇ ਮਿਹਰ ਹੋਵੇ ਹੈ ਨਾ ਉਹ ਸਾਰਾ ਕੁਛ ਰੱਬ ਆਪ ਹੀ ਕਰ ਦਿੰਦਾ ਹਾਂਜੀ ਤੁਸੀਂ ਕੀ ਕਰਨਾ ਕੀ ਕਰਨਾ ਲਾ ਕੇ ਕਾਲਾ ਟਿੱਕਾ ਤੂੰ ਚਾਂਵਲਿਆ ਫਿਰਦਾ ਅੱਜ ਹੈ ਪ੍ਰਧਾਨ ਉਹ ਪ੍ਰਧਾਨ ਹਾਂਜੀ ਹਾਈ ਫਾਈਵ ਹਾਈ ਫਾਈਵ ਯੈਸ ਹਾਈ ਫਾਈਵ ਯੈਸ 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 ਖੜ ਜਾ ਤੂੰ ਪੰਗੇ ਲੈਣਾ ਖੜ ਜਾ ਲੜਾਈਆਂ ਇਹਦਾ ਰਾਤ ਨੂੰ ਮੇਰੇ ਨਾਲ ਲੜਦਾ ਹੁੰਦਾ ਇਹ 15-20 ਮਿੰਟ ਫਿਰ ਇਹ ਥੱਕਦਾ ਮੈਂ ਉਹਨੇ ਸ਼ਹਿਰ ਨੂੰ ਵੀ ਇੰਟਰਵਿਊ ਦਿਖਾਈ ਉਹ ਲੇਡੀ ਤੇ ਉਹਦੇ ਹਸਬੈਂਡ ਦੀ ਸਰੀ ਵਾਲਿਆਂ ਦੀ ਹਨਾ ਕਿੰਨਾ ਜ਼ਿਆਦਾ ਔਖਾ ਵਾ ਤੇ ਇੰਟਰਵਿਊ ਵੀ ਪੰਜਾਬੀ ਮੈਨੂੰ ਲੱਗਦਾ ਵੀ ਇਹ ਫੈਕਟਰ ਵੀ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਹਨਾ ਇਹ ਵੀ ਇਫੈਕਟ ਕਰਦਾ ਵੀ ਉਹਨਾਂ ਨੂੰ ਇੰਗਲਿਸ਼ ਨਹੀਂ ਬੋਲਣੀ ਖਬਰ ਆਉਂਦੀ ਹੋਵੇ ਖਬਰ ਆਉਂਦੀ ਹੋਵੇ ਪਰ ਹੁਣ 4 ਵਾਰੀ ਅਗਲੇ ਗਏ ਯਾਰ ਗੋਰਿਆਂ ਨੂੰ ਵੀ ਨਹੀਂ ਕਰਨਾ ਮੈਨੂੰ ਲੱਗਦਾ ਪਤਾ ਨਹੀਂ ਕਹਿੰਦੀ ਜਿਹੜਾ ਵੀ ਕੁਛ ਹੋਇਆ ਵਾ ਕੋਵਿਡ ਕਰਕੇ ਵੀ ਹਸਪੀਟਲ ਬਹੁਤ ਬਿਜ਼ੀ ਨੇ ਪਰ ਯਾਰ ਬੱਚਾ ਤਾਂ ਪ੍ਰਾਇੋਰਿਟੀ ਆ ਹਾਂ ਇਹ ਤਾਂ ਹੈ ਤੂੰ ਕਿੰਨਾ ਔਖਾ ਮਾਨ ਕਹਿ ਰਹੀ ਉਹ ਇੱਕ ਵਾਰੀ ਚਲੋ ਤੁਸੀਂ ਕਹਿਤਾ ਕਿਸੇ ਨੂੰ ਦੂਜੀ ਵਾਰੀ ਯਾਰ ਦੂਜੀ ਵਾਰੀ ਗਈ ਹਸਪੀਟਲ 24 ਘੰਟਿਆਂ ਦੇ ਵਿੱਚ 4 ਵਾਰੀ 3 ਵਾਰੀ ਉਹਨਾਂ ਨੂੰ ਮੋੜਤਾ ਚੌਥੀ ਵਾਰੀ ਜਵਾਕ ਉੱਥੇ ਹੋ ਗਿਆ ਉਹ ਵੀ ਦੇਖੋ ਕਿੰਨਾ ਔਖਾ ਜਦੋਂ ਬਾਕੀ ਉਹਨਾਂ ਨੇ ਕੁਝ ਗੱਲਾਂ ਅਜਿਹੀਆਂ ਦੱਸਿਆ ਵੀ ਆਪਾਂ ਤੁਹਾਨੂੰ ਵਲੌਗ 'ਚ ਦੱਸ ਨਹੀਂ ਸਕਦੇ ਵੀ ਕਿੰਨਾ ਜ਼ਿਆਦਾ ਔਖਾ ਹੋਇਆ ਉਹਨਾਂ ਨੂੰ ਮੈਂ ਇੱਕ ਲਾਈਕ ਲੇਡੀ ਹੋਣ ਦੇ ਨਾਤੇ ਸਮਝ ਸਕਦੀ ਆ ਵੀ ਉਹਦੇ ਲਈ ਕਿੰਨਾ ਔਖਾ ਹੋਊਗਾ ਕਿੱਥੇ ਤਾਂ ਆਪਾਂ ਨੇ ਬੱਚੇ ਨੂੰ ਹਨਾ ਵੱਡੇ ਹੋ ਕੇ ਉਹਨੂੰ ਦੱਸਣਾ ਵੀ ਤੇਰਾ ਬਰਥ ਆਇਆ ਨਹੀਂ ਹੋਇਆ ਕਿੱਥੇ ਉਹ ਬੇਬੀ ਗਰਲ ਹੋਈ ਆ ਬੇਬੀ ਬੋਏ ਹਣਾ ਵੀ ਉਹਨੂੰ ਵੱਡੇ ਹੋ ਕੇ ਦੱਸਣਾ ਉਹਨੇ ਵੀ ਮੈਂ ਐਵੇਂ ਗਈ ਸੀਗੀ ਵੀ ਫਿਰ ਮੈਨੂੰ ਫਲੋਰ ਤੇ ਇਹਨੂੰ ਦਬਾ ਦੇ ਬਟਨ ਯਾਰ ਇਹਦੇ ਨਾਲ ਨਹੀਂ ਆ ਭਾਈ ਦੱਬ ਲਾ ਤੂੰ ਜਿਹੜੇ ਪੱਖੇ ਦੇ ਬਟਨ ਦੱਬਣੇ ਆ
ਪਰ ਇਹਦਾ ਰਿਮੋਟ ਕਿੱਥੇ ਪਰ ਰਿਮੋਟ ਵਰਤਦੇ ਹੀ ਨਹੀਂ ਆਹ ਪਿਆ ਇਹਦੇ ਵਿੱਚ ਪਿਆ ਇਹਦੇ ਵਿੱਚ ਖੁੱਟੇ ਯਾਰ ਕਿੱਥੇ ਆ ਉਹ ਦੇ ਫਾਟੇ ਤੂੰ ਲੁਕੋ ਕੇ ਰੱਖਿਆ ਮੈਂ ਤਾਂ ਭੁੱਲ ਹੀ ਗਿਆ ਸੀ ਇਹਦਾ ਰਿਮੋਟ ਵੀ ਲੁਕਾਉਣ ਨੂੰ ਜੀ ਮੈਂ ਲਾ ਪੁੱਤ ਤੇਰੀ ਖੇਡ ਤੂੰ ਹੁਣ ਇਹਦੇ ਨਾਲ ਦੱਬਿਆ ਕਰ ਹਲੇ ਇਹਨੂੰ ਦੱਬ ਇੱਥੇ ਦੱਬ ਆਏ ਪੈਂਦੀ ਆ ਧੱਕ ਚੈਂਪੀਅਨ ਪੱਖਾ ਵਧਾ ਦੋ ਅਯੋ ਉਹ ਹੈਰਾਨ ਹੋ ਗਿਆ ਵੀ ਕੀ ਲਾਈਟ ਬੰਦ ਕਰੀ ਲਾਈਟ ਸਫਾਈ ਕਰਤੀ ਪੁੱਤ ਘਰ ਦੀ ਸਾਰੀ ਹੈਂਜੀ ਸਫਾਈ ਕਰਤੀ ਕੀ ਚਾਹੀਦਾ ਮੇਰੇ ਪੁੱਤ ਨੂੰ ਰਿਮੋਟ ਚਾਹੀਦਾ ਪਹਿਲਾਂ ਬਾਈ ਤਾਂ ਐਂ ਕੀਤਾ ਸੀ ਨਾ ਫਿਰ ਤਾਂ ਮੁੜ ਕੇ ਐਂ ਕੀਤਾ ਫਿਰ ਤਾਂ ਉੱਠ ਆਏ ਚਲੋ ਚੰਗਾ ਆਹ ਦੇਖੀ ਸੀਟੀ ਵੱਜਣ ਵਾਲੀ ਆ ਸੁਣੋ ਸੁਣੋ ਕੰਨ ਬੰਦ ਕਰ ਲਓ ਅੰਕਿਤ ਕੰਨ ਬੰਦ ਕਰ ਲਓ ਕੰਨ ਬੰਦ ਕਰ ਲਾ ਪੁੱਤ ਕੰਨ ਬੰਦ ਕਰ ਲਾ